ਤੇ ਜਦੋਂ ਵਾਂਡ ਹੋਈ ਫਿਰ ਚਲੇ ਗਏ ਛੱਟ ਛਦਾ ਕੇ ਕੇ ਲੈ ਗਏ ਬੋਲ ਖਤਰੀ ਲਾਗੇ ਨੇ ਸਿੱਖ ਜਿਹੜੇ ਨੇ ਨਾ ਉਹਨਾਂ ਨੇ ਨਹੀਂ ਕੁਝ ਵੀ ਖੜਿਆ ਉਹ ਰੋਵਾ ਪਿਟਾਂਗੇ ਸਹੀ ਨਾ ਕਰ ਮਿਲ ਕੇ ਆ ਨਨੇ ਰੋ ਜਾਣੀਆਂ ਨੇ ਸਾਡਾ ਖੂਨ ਹੈ ਚੋਰੀ ਆ ਸੀ ਤੇ ਜਦੋਂ ਵੇਖਿਆ ਬੜਾ ਕਿ ਯਾਰ ਸਾਡਾ ਐਡਾ ਵੱਡਾ ਟਬਰ ਉਧਰ ਹੈ ਉਹਦਾਂ ਨਹੀਂ ਰੋਏ ਪਿੱਟੇ ਉਹ ਬੜਾ ਸੋਚ ਕਰ ਲੰਮੇ ਪਏ ਬੁੜੀਆਂ ਸਾਡੀਆਂ ਤੇ ਚਲੋ ਉਪਰੀਆਂ ਹਨ ਨਾ ਉਹ ਤੇ ਆਂਦੇ ਕੀ ਹੁੰਦਾ ਤੁਹਾਨੂੰ ਮੈਂ ਸਾਡੇ ਜੀ ਨੇ ਸਾਡਾ ਖੂਨ ਹੈ ਉਹ ਆ ਨੀ ਨੀ ਅਮੀ ਰੋਣ ਦੇ ਚਲੋ ਉਹ ਉੱਥੇ ਉਹ ਬੈਠੇ ਤੂੰ ਹੀ ਰੋਈ ਜਾ। ਲੋਕੀ ਸੁਣਿਆ ਵਾਵਾ ਇੱਥੇ ਪੈਸੇ ਉਹਨਾਂ ਕੋ ਦਾਰੇ ਕਰਦੇ ਹੁੰਦੇ ਤਾਂ ਖਰਦੇ ਹਨ। ਪੈਸੇ ਖਰਦੇ ਹਨ। ਤੇ ਲੈ ਲੈਣੀ ਦੇਣੀ ਚਵਾਨੀ ਤੇ ਲੈ ਲੈਣੀ ਦਵਾਨੀ ਚਵਾਨੀ। ਜੀ ਅਸਲਾਮੁਅਲੈਕਮ ਦੋਸਤੋ ਉਮੀਦ ਹੈ ਸਭ ਠੀਕ ਹੋਵੋਗੇ। ਅੱਜ ਕੀ ਵੀਡੀਓ ਮੈਂ ਆਪਕੋ ਸੈਰ ਕਰਵਾਉਂਗਾ ਪਸਰੂਰ ਕੇ ਨਵਾਹੀ گاؤں ਚੂਲਮੁੰਡਾ ਕੀ। बताया गया है कि में पाकिस्तान से पहले ये गांव चूड़ मुंडा बहुत बड़ा गांव था जहां पर अमीर तरीन हिंदू खतरी और सिख जट बाजवे कसर तदाद में रहते थे आसपास के तमाम गांवों से सबसे बड़ा गांव यही था जहां के बाज़ार आज भी मौजूद हैं आसपास के लोग इस गांव में शॉपिंग के लिए आया करते थे उधार पैसे लेने आया करते थे जिनको हिंदू खतरी सूद पर पैसे दिया करते थे और वो बाज़ार कहाँ हैं वो दुकानें कहाँ हैं उसके कुछ नामों निशान इस वीडियो में मैं आपको दिखाऊंगा कि चूड़ मुंडा को कहा जाता था कि ये एक कस्बा है इसी गांव में कॉलेज हुआ करता था क्या मैं पाकिस्तान से पहले डिग्री कॉलेज था जो कि बाद में आहिस्ता आहिस्ता हाई स्कूल फिर मिडल स्कूल और फिर प्राइमरी स्कूल बन गया लोग ऊपर को जाते हैं लेकिन इस गाँव की तारीख बताती है कि यहाँ पर क्याम पाकिस्तान के बाद से मुसलसल तंजली जो है ना वो जाती रह, जारी रही है तो आइए यहाँ पर बात भी करेंगे उन लोगों से जिनके ख़ानदान क्याम पाकिस्तान के वक्त यहाँ से चले गए सिख फैमिली के कुछ लोग हैं और बाद में वो मुसलमान हो गए वो यहाँ से नहीं गए उनसे बात करते हैं कि वो यहाँ से क्यों नहीं गए और जो लोग चले गए हैं वो इनके रिश्तेदार थे कौन थे इस हवाले से आइए आपको गुफ्तगु सुनाते हैं असल नाजरन मैं इस वक्त मौजूद हूँ गाँव चूड़ मुंडा जो कि तहसील पसरूर में वाक़ है और ये बड़ा पुराना हिंदू सिख और मुसलमानों का तारीखी गाँव है गो के आज पार्टीशन के बाद हालात कुछ चेंज हैं हमारे साथ इस वक्त हमारे एक दोस्त मौजूद हैं नाम उनका मनर अहमद है और वो अबाउज दादू उनके सिख थे लेकिन अभी वो इस्लाम कबूल कर चुके हैं ان کے جو پارٹیشن کے وقت ابوجداد تھے وہ تو چلے گئے واپس یعنی کہ کافی رشتہ دار واپس انڈیا چلے گئے لیکن یہ اور ان کی فیملی ادھر ہی رہ گئے۔ تھوڑی سی بات چیت کا آغاز کرتے ہیں۔ السلام علیکم منیر صاحب۔ وعلیکم السلام جی۔ منیر صاحب پنجابی وچ گل گل یا اردو وچ کر لیں۔ پنجابی وچ جی۔ پنجابی وچ جی ٹھیک ہے۔ اچھا یہ دسو کہ تہاڈے جڑے والدین نے او دا وچوں تہاڈی فیملی ہے جدوں پارٹیشن ہوئی کون کون چلا گیا تے کون کون نہیں گیا۔ جی ایک میرا والد فوجا سنگ نہیں گیا۔ ਇੱਕ ਮੇਰਾ ਚਾਚਾ ਨਹੀਂ ਗਿਆ। ਚਾਚੇ ਦਾ ਕੀ ਨਾਮ ਸੀ? ਗਰਦੇਸ਼ ਸਿੰਘ। ਇੱਕ ਮੇਰਾ ਤਾਇਆ ਸੋਹਣ ਸਿੰਘ ਚਲਾ ਗਿਆ। ਇੱਕ ਮੇਰੀ ਫੁੱਫੀ ਵੀਰੋ ਚਲੀ ਗਈ। ਇੱਕ ਫੁੱਫੀ ਦਾ ਮੈਨੂੰ ਨਾਂ ਨਹੀਂ ਆਉਂਦਾ ਤੇ ਦੂਸਰਾ ਤਾਇਆ ਜਿਹੜਾ ਇੱਕ ਉਹ ਚਲਾ ਗਿਆ। ਇਹ ਕਿਹੜੇ ਕਿਹੜੇ ਸ਼ਹਿਰ ਗਏ? ਇਹ ਤਾਇਏ ਜਿਹੜੇ ਨੇ ਯੂਪੀ ਸੁਪੀ ਗਏ। ਫੁੱਫੀਆਂ ਜਿਹੜੀਆਂ ਨੇ ਅੰਮ੍ਰਿਤਸਰ ਗਏ। ਫੁੱਫੀਆਂ ਅੰਮ੍ਰਿਤਸਰ ਨੇ। ਤਾਇਏ ਜਿਹੜੇ ਨੇ ਯੂਪੀ ਸੁਪੀ ਨੇ। ਉਹਨਾਂ ਨਾਲ ਰਾਬਤਾ ਹੈ ਕਿਸੇ ਨਾਲ ਤਾਏ ਉਹਨਾਂ ਦੀ ਆਲ ਔਲਾਦ ਨਾਲ ਆਲ ਔਲਾਦ ਨਾਲ ਸਾਰੇ ਨਾਲ ਰਾਬਤਾ ਹੁਣ ਕੀ ਕੋਈ ਨਾਂ ਆਸ਼ਾ ਨੇ ਉਹਨਾਂ ਦੇ ਉਹ ਉਹਨਾਂ ਚੋਂ ਫੁੱਫੀਆਂ ਦੇ ਜਿਹੜੇ ਬੇਟੇ ਨੇ ਨਾ ਇੱਕ ਦਾ ਨਾਂ ਅਮਨ ਇੱਕ ਦਾ ਨਾਂ ਭੱਪੀ ਤਾਏ ਦਾ ਇੱਕ ਪੋਤਰਾ ਉਹਦੇ ਨਾਂ ਹੈ ਕਰਨੈਲ ਸਿੰਘ ਐਸੇ ਸਾਡਾ ਰਾਬਤਾ ਹੀ ਹੁਣ ਹੋਇਆ ਥੋੜੇ ਥੋੜੇ ਜੀਆਂ ਦੇ ਸਾਨੂੰ ਉਹਨਾਂ ਨਾਲ ਕੁੜੀਆਂ ਛੁੜੀਆਂ ਦੇ ਵਿੱਚ ਆਉਂਦੇ ਨੇ ਨਾ ਹੁਣ ਤੇ ਸਾਡੇ ਹੁਣ ਉਹਨਾਂ ਨਾਲ ਰਾਬਤੇ ਚੱਲਦੇ ਨੇ ਅੱਛਾ ਤੇ ਉਹਨਾਂ ਜੋ ਕਿਆਮੇ ਪਾਕਿਸਤਾਨ ਬਣਨ ਤੋਂ ਬਾਅਦ ਇੱਥੇ ਕੋ ਆਇਆ ਵੀ ਇਹ ਅਗਰ ਆਇਆ ਤਾਂ ਕਿਦੋਂ ਆਇਆ ਉਹ ਆਏ ਨੇ ਸਨ 47 ਚ ਪਾਕਿਸਤਾਨ ਬਣਿਆ ਤੇ 48 ਚ 59 ਚ ਫੇਰ ਉਹ ਆਏ ਨੇ ਤਾਂ ਇਹ ਸਾਡੇ ਫੇਰ ਆਏ ਨੇ ਸਾਡੇ ਵਾਲਦ ਹੋਰਾਂ ਨੂੰ ਲੈਣ ਵਾਸਤੇ ਇਹ ਨਹੀਂ ਫਿਰ ਉਹਨਾਂ ਨਾਲ ਗਏ ਤੇ ਇੱਥੇ ਕੌਣ ਕੌਣ ਰਹਿ ਗਿਆ ਸੀ ਇੱਥੇ ਤਾਇਆ ਵਾਲਦ ਮੇਰਾ ਤੇ ਚਾਚਾ ਮੇਰਾ ਤੇ ਉਹ ਜਿਹੜੇ ਹੈਗੇ ਨੇ ਤੁਸੀਂ ਕਿਦੋਂ ਮੁਸਲਮਾਨ ਮੁਸਲਮਾਨ ਹੋਏ ਅਸੀਂ ਸਨ 47 ਚ ਮੁਸਲਮਾਨ ਹੋਏ ਪਹਿਲੇ ਉਸ ਦੇ ਬਾਵਜੂਦ ਜਿਹੜਾ ਤੁਹਾਨੂੰ ਆਂਦੇ ਸਨ ਕਿ ਉੱਥੇ ਆ ਜਾਓ ਵਾਪਸ ਉੱਥੇ ਆ ਜਾਓ ਵਾਪਸ ਇਹ ਨਾ ਕਹਾ ਨਹੀਂ ਜਾਣਾ ਯਾਰ ਇਹਨਾਂ ਯੋਰ ਬੜਾ ਉਹਨਰ ਨਾਲ ਇਹ ਆਖਣ ਲੱਗਨ ਨਹੀਂ ਯਾਰ ਤੂੰ ਹੀ ਵੀ ਰਾਜ ਹੋਇਆ ਇੱਥੇ ਹੀ ਇਹੋ ਆਖਣ ਲੱਗਨ ਨਹੀਂ ਅਸਾ ਜਾਣਾ ਉੱਥੇ ਅੱਛਾ ਤੁਸੀਂ ਇਹ ਸਮਝਦੇ ਹੋ ਕਿਉਂਕਿ ਤੁਸੀਂ ਤਾਂ ਪੈਦਾ ਵੀ ਨਹੀਂ ਹੋਏ ਹੋ ਨੇ ਤੁਸੀਂ ਸਮਝਦੇ ਹੋ ਕਿ ਫੈਸਲਾ ਸਾਡੇ ਅੱਬੇ ਨੇ ਚਾਚੇ ਨੇ ਠੀਕ ਕੀਤਾ ਸੀ ਇੱਥੇ ਰਹਿਣ ਵਾਲਾ ਜਿਹੜਾ ਇੰਡੀਆ ਨਹੀਂ ਗਿਆ ਕਿ ਇੰਡੀਆ ਟੁਰ ਜਾਣਾ ਚਾਹੀਦਾ ਸੀ ਜੇ ਤੇ ਵੇਖੀ ਇਹਨਾਂ ਦੁਨੀਆ ਦੇ ਹਾਲਾਤ ਫਿਰ ਤਾਂ ਸਾਨੂੰ ਟੁਰ ਜਾਣਾ ਚਾਹੀਦਾ ਹੈ ਤਾਂ ਜੇ ਵੇਖੀ ਰੱਬ ਦੇ ਰਹਿਮਤ ਲੋਕੇ ਦੁਨੀਆਦਾਰੀ ਮਸਲ ਰੱਬ ਦਾ ਕਲਮਾ ਪੜਨ ਲਓ ਫਿਰ ਰਹਿ ਜਾਣੇ ਚਾਹੀਦਾ ਹੈ ਅੱਛਾ ਥੋੜਾ ਜਿਹਾ ਮਣੀਆ ਦੱਸੋ ਕਿ ਤੁਹਾਡੇ ਬਾਲਾ ਸਾਹਿਬ ਨੇ ਪਿੰਡ ਦੇ ਬਾਰੇ ਵਿੱਚ ਕੀ ਤੁਹਾਨੂੰ ਦੱਸਿਆ ਜਾਂ ਤੁਸੀਂ ਕੀ ਸੁਣਿਆ ਇਹ ਪਿੰਡ ਕਿੱਡਾ ਕੋ ਵੱਡਾ ਸੀ ਤੇ ਕਿੰਨਾ ਕੋ ਖੁਸ਼ਹਾਲ ਸੀ ਇਹ ਸਾਡਾ ਪਿੰਡ ਪੂਰੀ ਤਹਿਸੀਲ ਚ ਸਭ ਤੇ ਟਾਪ ਤੇ ਸੀ ਇਹ ਸਕੂਲ ਵੱਲੋਂ ਵੀ ਟਾਪ ਤੇ ਸੀ ਉੰਜ ਵੀ ਹਰ ਕੰਮ ਬਲੋਗੇ ਸੀ ਇਥੇ ਸਕੂਲ ਸ਼ੁਰੂ ਤੋਂ ਹਾਈ ਸੀ ਮਿਡਲ ਸੀ ਕਿਹੜਾ ਸੀ ਪਹਿਲਾਂ ਹਾਈ ਸੀ ਫਿਰ ਕਾਲਜ ਸੀ ਪਹਿਲਾਂ ਫਿਰ ਹਾਈ ਹੋਇਆ ਫਿਰ ਮਿਡਲ ਹੋਇਆ ਪ੍ਰਾਇਮਰੀ ਵੀ ਹੋਇਆ ਵਿੱਚ ਵਿੱਚ ਪ੍ਰਾਇਮਰੀ ਵੀ ਹੋਇਆ ਫਿਰ ਦੁਬਾਰਾ ਮਿਡਲ ਹੋਇਆ ਅੱਛਾ ਤੇ ਇਹ ਜਿਹੜਾ ਸਕੂਲ ਏ ਇਹ ਇੱਥੇ ਤੁਹਾਡੇ ਵਾਲਾ ਸਾਹਿਬ ਉਹ ਇਹ ਪੜ ਚੁੱਕੇ ਨੇ ਇੱਥੇ ਨਹੀਂ ਮੇਰੇ ਵਾਲਾ ਸਾਹਿਬ ਨਹੀਂ ਪੜੇ ਨਾ ਪੜ ਸਨ ਅੱਛਾ ਅਸੀਂ ਪਿੰਡ ਚੱਕਰ ਲਾ ਕੇ ਆਂ ਝੂੜ ਮੁੰਡਾ ਪਿੰਡ ਜਿਹੜਾ ਹੈਗਾ ਤੇ ਉਹਦੇ ਵਿੱਚ ਹਲੇ ਵੀ ਇਮਾਰਤਾਂ ਪੁਰਾਣੀਆਂ ਪੁਰਾਣੀਆਂ ਹੈ ਨਜੇ ਅਜੇ ਵੀ ਵਿੱਚ ਆ ਨੇ ਕਾਫੀ ਪੁਰਾਣੀਆਂ ਹਨ ਉਤਲੀਆਂ ਮੰਦਲਾਂ ਢਾ ਛੜੀਆਂ ਨੇ ਥੱਲੇ ਹੈ ਨੇ ਤੇ ਇਹਦੇ ਵਿੱਚ ਜਿਹੜਾ ਉੱਥੇ ਕੁਝ ਬਾਜ਼ਾਰ ਦੁਕਾਨਾਂ ਦੇ ਬਾਰੇ ਦੱਸੋ ਕਿ ਆਂਦੇ ਨੇ ਬੜਾ ਵੱਡਾ ਪਿੰਡ ਸੀ ਤੇ ਨਾਲ ਦੇ ਪਿੰਡਾਂ ਦੇ ਲੋਕ ਇੱਥੇ ਖਰੀਦਦਾਰੀ ਕਰਨ ਆਉਂਦੇ ਸਨ ਆ ਚਾਰ ਫਿਰ 10-10 ਮੀਲ ਤੱਕ ਲੋਕ ਇੱਥੇ ਖਰੀਦਦੇ ਸਨ ਬਾਜ਼ਾਰ ਬੜਾ ਵੱਡਾ ਹੇ ਅਜੇ ਵੀ ਉਸ ਮੁਹੱਲੇ ਨੂੰ ਬਾਜ਼ਾਰ ਵਾਲਾ ਮਹੱਲਾ ਨੇ ਹਜੇ ਵੀ ਮਸਨ ਉਹਦਾ ਨਾਮ ਬਾਜ਼ਾਰ ਵਾਲਾ ਮਹੱਲਾ ਚੱਲਦਾ ਚਾਰ ਦਫਾ ਮੇਰਾ ਵਾਲਦ ਮੈਂਬਰ ਹੋਇਆ ਇਥੇ ਮਸਨ 47 ਤੋਂ ਬਾਅਦ ਮਸਨ ਲੋਕਾਂ ਨੇ ਉਹਨਾਂ ਨਾਲ ਇੰਨਾ ਪਿਆਰ ਕੀਤਾ ਕਿ ਚਾਰ ਦਫਾ ਬੀਟੀ ਮੈਂਬਰ ਹੋਇਆ ਲੋ ਉਹ ਬਾਜ਼ਾਰ ਵਾਲਾ ਮੱਲਾ ਹਜੇ ਵੀ ਚੱਲਦਾ ਦੁਕਾਨ ਬੇਸ਼ਮਾਰ ਸੀ ਲੋਕਾਂ ਟਾਈ ਛੜੀਆਂ ਨੇ ਹੁਣ ਨਹੀਂ ਤੇ ਉਹ ਤੇ ਦੋ ਕਿੱਲਾਂ ਚ ਬਾਜ਼ਾਰ ਸੀ ਕਹਿੰਦੇ ਨੇ ਇਹ ਜੱਟ ਬਾਜਵਿਆਂ ਦਾ ਪਿੰਡ ਸੀ ਸਾਰਾ ਜੱਟ ਬਾਜਵਿਆਂ ਦਾ ਸੀ ਤੇ ਇੱਥੇ ਜਿਹੜੇ ਸਿੱਖ ਸਨ ਉਹ ਜ਼ਿੰਮੇਦਾਰਾ ਕਰਦੇ ਸਨ ਤੇ ਖੱਤਰੀ ਜਿਹੜੇ ਦੁਕਾਨਾਂ ਕਰਦੇ ਸਨ ਖੱਤਰੀ ਦੁਕਾਨਾਂ ਕਰਦੇ ਆਂ ਤੇ ਜੱਟ ਬਾਜਵੇ ਜਿਹੜੇ ਹਣ ਉਹ ਜ਼ਿੰਮੇਦਾਰਾ ਕਰਦੇ ਸੀ ਬਾਕੀ ਵਿੱਚ ਦੂਜੇ ਛੋਟੇ ਲੋਕ ਜਿਹੜਾਣ ਉਹ ਵੀ ਘਰ ਆਇਆ ਸਨ ਬਾਕੀ ਉੰਜ ਦੋਏ ਪਾਰਟੀਆਂ ਹਣ ਖੱਤਰੀ ਤੇ ਸਿੱਖ ਖਤਰੀ ਤੇ ਸਿੱਖ ਤੇ ਮੁਸਲਮਾਨ ਜਿਹੜੇ ਸਾਨੂੰ ਉਹ ਥੋੜੇ ਸਾਨੂੰ ਜਾਂ ਨਹੀਂ ਉਹ ਥੋੜੇ ਹੰਕਾਰ ਉਹਦੇ ਤੇ ਕਹਿੰਦੇ ਨੇ ਬੜੇ ਸਲੂਕ ਤਫਾਕ ਨਾ ਰਹਿੰਦੇ ਨੇ ਕੀ ਦੱਸੋ ਥੋੜਾ ਜਿਹਾ ਇੱਕ ਇੱਕ ਦੂਜੇ ਨੂੰ ਪਤਾ ਹੀ ਨਹੀਂ ਆ ਸਿੱਖ ਐ ਖਤਰੀ ਐ ਆ ਮੁਸਲਮਾਨ ਐ ਸਾਰੇ ਪਿਆਰ ਨਾਲ ਸਲੂਕ ਨਾ ਰਹਿੰਦੇ ਆ ਇੱਕ ਦੂਜੇ ਤੇ ਇੱਕ ਦੂਜੇ ਦੇ ਕੋਲ ਹੀ ਖਾਣ ਪੀਣ ਸਾਰਿਆਂ ਦਾ ਇਕੱਠੇ ਹੀ ਹੁੰਦੇ ਹਣੇ ਨਾਲ ਮੈਂ ਤੁਹਾਡੇ ਨਾਲ ਖਾਣਦੇ ਆ ਮੇਰੇ ਨਾਲ ਖਾਣਦੇ ਆ ਐਸਾਂ ਬੜੇ ਪਿਆਰ ਨਾਲ ਰਹਿੰਦੇ ਸੋ ਜੇ ਜਦੋਂ ਚਲੇ ਗਏ ਨੇ ਉਧਰ ਉਧਰੀ ਉਦੋਂ ਮਜਾ ਵੀ ਇੱਕ ਹੋ ਗਿਆ ਉਸ ਤੋਂ ਬਾਅਦ ਫੇਰਾ ਹਾਂ ਉਹ ਤੇ ਯੋਰ ਬਥੇਰਾ ਲੱਗਦਾ ਰ ਮੈਨੂੰ ਹੁਣ ਸਾਦ ਦਿਨ ਤਾਏ ਮੇਰੇ ਹੁਣ ਮਨ ਜਾਣਾ ਵੀ ਹੁੰਜਾ ਅੱਛਾ ਚਲੋ ਤੇ ਵੈਸੇ ਤੁਹਾਨੂੰ ਜਾਣਾ ਚਾਹੀਦਾ ਵਿਜ਼ਿਟ ਤੇ ਲੇਕਿਨ ਉਹ ਉਸ ਤੋਂ ਬਾਅਦ ਇੱਥੇ ਕੋਈ ਆਇਆ ਆਇਆ ਨੇ ਦੋਏ ਤਾਏ ਮੇਰੇ ਆਏ ਨੇ ਨਹੀਂ ਯਾਰ ਕੋਈ ਦਸਾਂ ਮੀਆਂ ਸਾਲਾਂ ਚ ਨਹੀਂ ਦਸਾਂ ਮੀਆਂ ਚ ਨਹੀਂ 4859 ਚ ਆਇਆ ਦੋ ਤਿੰਨ ਸਾਲ ਬਾਅਦ ਉਦੋਂ ਬਾਅਦ ਨਹੀਂ ਆਇਆ ਉਸ ਵਕਤ ਮੇਰਾ ਤਾਇਆ ਜਿਹੜਾ ਨਾ ਸੋਨ ਸਿੰਘ ਉਸ ਟਾਈਮ ਸੂਬੇਦਾਰ ਮੁਲਾਜ਼ਮ ਸੀ ਉਸ ਵਕਤ ਉਸ ਤੋਂ ਬਾਅਦ ਫਿਰ ਉਹਦੀ ਔਲਾਦ ਜਿਹੜੀ ਗੁਮਲਾਦਮ ਨੇ ਕੁਝ ਬਾਹਰ ਨੇ ਅੱਜ ਕੱਲ ਉਹਨਾਂ ਕੋਈ ਸ਼ਿਫਾਸ਼ੂਪਾ ਤਗੜੇ ਨੇ ਵਾਦਿਕਾ ਤੇ ਉਸ ਤੋਂ ਬਾਅਦ ਬਤਾਇਆ ਰਿਟਾਇਰ ਹੋ ਗਿਆ ਕੋਈ ਫਿਰ ਕੋਈ ਪੁੱਤਰ ਗੁੱਤੀਆਂ ਔਰ ਸੋ ਮਲਾਜ਼ਮਤ ਕਰ ਦੇਣ ਤਾੜ ਨੇ ਉਹਨਾਂ ਨਾਲ ਰਾਬਤਾ ਰਹਿੰਦਾ ਅਗਰ ਰਹਿੰਦਾ ਵੀ ਤੇ ਉਹਨਾਂ ਨੂੰ ਕੋਈ ਵੀਡੀਓ ਕਾਲ ਕਰਕੇ ਬਖਾਲਿਆ ਦੇ ਪਿੰਡ ਬੜੀ ਬਾਰੇ ਹਜ਼ਾਰਾਂ ਬਾਰੇ ਬਖਾਲਿਆ ਹੋਣਾ ਅੱਜ ਤੋਂ ਉਹਨਾਂ ਦਾ ਰਾਬਤਾ ਆਇਆ ਨਾ ਉਹ ਆਪ ਆਂਦੇ ਨੇ ਫਲਾਣੀ ਸ਼ਹਿਰ ਬਖਾਲੋ ਫਲਾਣੀ ਬਖਾਲੋ ਆਈ ਬਖਾਲੀ ਉਹਨਾਂ ਦਾ ਰਾਵਤਾ ਕਿ ਸੁਣਾਇਆ ਕਿਉਂ ਇੰਨੀ ਦਿਨ ਗੈਪ ਵਿੱਚ ਰਿਆ ਇਹ ਗੈਪ ਇਸ ਤਰ੍ਹਾਂ ਦੇ ਆ ਕੇ ਪਹਿਲਾਂ ਚਿੱਠੀਆਂ ਤੇ ਰਾਵਤੇ ਚੱਲਦੇ ਹਨ ਉਹ ਚਿੱਠੀਆਂ ਤੋਂ ਬਾਅਦ ਰਾਵਤਾ ਮੌਕਾ ਤੇ ਫਿਰ ਇਹ ਸਾਂਝਾ ਪੰਜਾਬ ਜਦੋਂ ਆਇਆ ਨਾ ਇਹ ਫਿਰ ਇੱਕ ਪਾਲਟੀ ਆਈ ਉਹ ਕੈਰਵਾਲੀ ਦਾ ਮੁੰਡਾ ਬੰਦਾ ਉਹਨੇ ਆਣ ਕੇ ਫਿਰ ਸਾਡਾ ਇੰਟਰਵਿਊ ਲਿਆ ਉਹਨੇ ਲੈ ਕੇ ਤੇ ਉਧਰ ਕਰ ਲਿਆ ਤੇ ਉਧਰ ਵਾਲਿਆਂ ਨੇ ਲੈ ਕੇ ਤੇ ਫਿਰ ਬਾਹਰ ਇੱਕ ਜਰਮਨ ਨੇ ਮੁੰਡਾ ਸਾਡਾ ਉਹ ਇੰਡੀਆ ਵਾਲਿਆਂ ਦੇ ਤਾਇਆਆਂ ਦਾ ਫੁੱਫੀਆਂ ਦਾ ਉਹਨੇ ਫਿਰ ਉਹ ਵੀਡੀਓ ਵੇਖੀ ਉਹਨੇ ਫਿਰ ਵੇਖੇ ਵੀਡੀਓ ਤੇ ਫਿਰ ਉਹਨੇ ਉਹਨਾਂ ਨੂੰ ਕਾਲ ਕੀਤੀ ਉਹਨੇ ਆਖਿਆ ਜਿਹੜੇ ਸਾਡੇ ਜੀ ਪਾਕਿਸਤਾਨ ਸਨ ਨਾ ਉਹਨਾਂ ਦੀ ਆਪਟੇ ਚੱਲਦੀ ਪਈ ਫਿਰ ਉਹਨੇ ਉਹਨਾਂ ਨੂੰ ਦੱਸਿਆ ਫਿਰ ਉਹ ਨੰਬਰ ਉਹਨਾਂ ਨੂੰ ਦਿੱਤਾ ਫਿਰ ਉਤੋਂ ਸਾਡੀਆਂ ਗੱਲਾਂ ਰਾਤ ਤੇ ਸ਼ੁਰੂ ਹੋ ਗਈ ਤੇ ਪਹਿਲੀ ਵਾਰ ਜਦੋਂ ਰਾਤ ਤੇ ਹੋਏ ਤੇ ਦਿਲ ਜਜ਼ਬਾਤੀ ਤੇ ਹੋਇਆ ਉਹਨਾਂ ਨੇ ਕਈ ਕੁਝ ਹੋਇਆ ਫਿਰ ਕਿ ਫਿਰ ਤੇ ਕਈ ਕੁਝ ਹੋਇਆ ਫਿਰ ਤੇ ਕੀ ਹੋਣਾ ਹੈ ਫਿਰ ਵੇਂਦੇ ਆ ਸਾਡੀਆਂ ਸ਼ਕਲਾਂ ਮਕਲਾਂ ਜਦੋਂ ਆਉਂਦੀਆਂ ਹਨ ਅੱਗੇ ਆਈ ਦੂਰੋਂ ਪਛਾਣਦੇ ਆ ਸਾਡਾ ਹੀ ਹੈ ਭਾਈ ਇਹ ਸਾਡਾ ਹੀ ਹੈ ਜੋਖੇ ਜੀ ਨੋ ਤਾਂ 100 ਤੋਂ ਵੱਧ ਫੈਮਿਲੀ ਹੈ ਸਾਡੀ ਉੱਥੇ ਕਿਹੜੇ ਜਗ੍ਹਾ ਤੇ ਕੋਈ ਯੂਪੀ ਸੁਪੀ ਨੇ ਕੋਈ ਅੰਬਰਸਰ ਨੇ ਅਸਲਾਮੁਅਲੈਕਮ ਚਾਚਾ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਬਸ਼ੀਰ ਅ ਹਾਂਜੀ ਬਸ਼ੀਰ ਬਾਜਵਾ ਤੇ ਇਹ ਜਿਹੜੇ ਪਿੰਡ ਦੇ ਵਿੱਚ ਦੁਕਾਨਾਂ ਨੇ ਇਹਦੇ ਬਾਰੇ ਤੁਸੀਂ ਕੀ ਸੁਣਿਆ ਖਤਰਿਆਂ ਦੀਆਂ ਦੁਕਾਨਾਂ ਹਨ ਬਿਆਜ਼ ਸ਼ਾਹ ਦੇਂਦੇ ਹੁੰਦੇ ਸਨ ਲੋਕਾਂ ਨੂੰ ਲੋਕੀ ਸੁਣਿਆ ਵਾਵਾ ਇੱਥੇ ਪੈਸੇ ਉਹਨਾਂ ਕੋਲ ਧਾਰਨ ਕਰਦੇ ਹੁੰਦੇ ਸਨ ਖਰਦੇ ਹਨ ਇਹ ਖੜ ਦੇ ਹਨ ਤੇ ਲੇਖ ਲੈਣੀ ਦੇਣੀ ਚੁਆਨੀ ਤੇ ਲੈ ਲੈਣੀ ਦੁਆਨੀ ਚੁਆਨੀ ਇਹ ਸਾਭ ਸੀ ਉਹਨਾਂ ਦਾ ਤੇ ਜਦੋਂ ਵੰਡ ਹੋਈ ਫਿਰ ਚਲੇ ਗਏ ਛੱਡ ਛਾੜ ਕੇ ਕਿ ਲੈ ਗਏ ਬੋਲ ਖਤਰੀ ਲਾਗੇ ਨੇ ਸਿੱਖ ਜਿਹੜੇ ਨੇ ਨਾ ਉਹਨਾਂ ਨੇ ਨਹੀਂ ਕੁਝ ਖੜਿਆ ਐਵੇਂ ਪਿਆ ਬੰਦਾ ਉਹ ਖਤਰੀ ਪਹਿਲਾਂ ਨਿਕਲ ਗਏ ਹਨ ਇਹ ਸੁਣ ਚੀ ਨਾ ਆ ਹਾਂ ਵੀ ਸੁਣਿਆ ਇਹ ਹੋਈ ਕਿ ਖਤਰੀ ਜਿਹੜੇ ਨੇ ਨਾ ਉਹ ਸਭ ਕੁਝ ਲਾਗੇ ਹੁਣ ਇਹ ਤੋਂ ਤੇ ਇਥੇ ਸਿੱਖਾਂ ਦੇ ਵੀ ਕੋਈ ਬਾਜਵਿਆਂ ਦੇ ਘਾਰ ਹੁੰਦੇ ਸਨ ਉਹ ਬਾਜਿਓ ਵੀ ਹਨ ਜੀ ਸਿੱਖ ਪਿੰਡੇ ਬੜਾ ਵੱਡਾ ਸੀ ਐਵੇਂ ਪਿਆ ਬੰਦਾ ਆਖੇ ਹੁਣ ਕਿਹੜਾ ਫਿਰ ਕੇ ਵੇਂਦੇ ਹਾਂ ਸੀ ਪਿੰਡ ਬੜਾ ਵੱਡਾ ਸੀ ਨੌ ਨਾਵੇਂ ਪਿੰਡ ਸੀ ਨੌ ਨਾਵੇਂ ਦਾ ਕੀ ਮਤਲਬ ਹੈ ਨੌ ਨੌ ਲੰਬੜਦਾਰ ਹਾਂ ਸ਼ਲੋਕ ਬੜਾ ਸੀ ਕਿਉਂਕਿ ਬਾਜੂਏ ਹਨ ਸਿੱਖ ਜਿਹੜੇ ਹਨ ਬਾਜੂਏ ਹੀ ਸਨ ਸ਼ਲੋਕ ਬੜਾ ਸੀ ਐਵੇਂ ਪਿਆ ਬੰਦਾ ਆ ਕੇ ਭਾਵੇਂ ਅਸੀਂ ਛੋਟੇ ਛੋਟੇ ਹਾਂ ਵੇਂਦੇ ਤੇ ਆ ਹਨ ਇੱਕ ਦੂਜੇ ਨਾਲ ਜਾਨ ਸਾਰੇ ਸਾਰੇ ਇਕੱਠਾ ਖਾਣਾ ਕਦੇ ਕਿ ਸਿੱਖਾਂ ਨੇ ਨਾ ਕਦੇ ਨਹੀਂ ਪਰੇਸ਼ ਕੀਤਾ ਤੇ ਜਦੋਂ ਚੱਲੇ ਨੇ ਫਿਰ ਤੇ ਉਹ ਜ਼ਮੀਨ ਪਾਂਡਾ ਬੂਏ ਘਾਰਸ਼ਾ ਸਭ ਕੁਝ ਛੱਡ ਗਏ ਸਿੱਖ ਸਿੱਖ ਵੀ ਛੱਡ ਗਏ ਖत्री ਜਿਹੜੇ ਨੇ ਨਾ ਉਹਨਾਂ ਨੇ ਗਿੱਤਰਾ ਹੀ ਲੈ ਗਏ ਨੇ ਆਂਦੇ ਨੇ ਪਿੰਡ ਜਿਹੜਾ ਨਾ ਇੱਥੋਂ ਨਾਲ ਦੇ ਜਿਹੜੇ ਲੋਕੀ ਨੇ ਉਹ ਆ ਕੇ ਇੱਥੋਂ ਦੇ ਇਹ ਪਿੰਡ ਅਮੀਰ ਲੋਕ ਇੱਥੇ ਨਹੀਂ ਹੁੰਦੇ ਸਾਨੂੰ ਭੱਜਵੇ ਅਮੀਰ ਪੈਸੇ ਵੀ ਖੜਦੇ ਹੁੰਦੇ ਹਨ ਜਾਂ ਇੱਥੇ ਸੌਦਾ ਛਲ ਦੁਕਾਨਾਂ ਤੋਂ ਖੜਦੇ ਹੁੰਦੇ ਸਨ ਇਹਦੇ ਖੜਦੇ ਹਨ ਦੁਕਾਨਾ ਹੋਰ ਕਿਸੇ ਪਾਸੇ ਨਹੀਂ ਆਉਣ ਜਿਹੜੇ ਲਾਗੇ ਲਾਗੇ ਪਿੰਡ ਨੇ ਨਾ ਹੈ ਇਹ ਸਾਰੇ ਸਬਦਾ ਇੱਥੋਂ ਹੀ ਖੜਦੇ ਹਨ ਅੱਛਾ ਤੇ ਇੱਥੇ ਜਿਹੜਾ ਹੈਗਾ ਉਹ ਕੀ ਕਹਿੰਦੇ ਨੇ ਹੁਣ ਹਲੇ ਵੀ ਪੁਰਾਣੇ ਘਰ ਨੇ ਤੇ ਇਹ ਪਹਿਲਾਂ ਸਾਰੇ ਪੁਰਾਣੇ ਹੋਣਗੇ ਜਦੋਂ ਤੁਹਾਂ ਹੋਈ ਸੰਭਾਲੀ ਆਹ ਪੁਰਾਣੇ ਹੀ ਨੇ ਉਦੋਂ ਦੇ ਇਹਤ ਮਕਾਨ ਜਿਹੜੇ ਨੇ ਨਾ ਪੁਰਾਣੇ ਹੀ ਨੇ ਉਦੋਂ ਦੇ ਇੱਥੇ ਮੇਲਾ ਵੀ ਕੋ ਲੱਗਦਾ ਹੁੰਦਾ ਸੀ ਪੁਰਾਣਾ ਕੋ ਵਸਾਖੀ ਵਸੂਖੀ ਕਿੱਥੇ ਲੱਗਦੀ ਹੁੰਦੀ ਸੀ ਵਸਾਖੀ ਐਮਨਾ ਬਾਦ ਲੱਗਦੀ ਸੀ ਤੇ ਗੁਈ ਜਾਂ ਮੈਂ ਹਰ ਮੁਸਲਮਾਨ ਨੂੰ ਜਾਂਦੇ ਹਨ ਮੇਲਾ ਤੇ ਵੇਖਣਾ ਹੁੰਦਾ ਹੈ ਮੈਂ ਵੀ ਦੋ ਵਾਰ ਇੰਡੀਆ ਪੈਸੇ ਗਿਆ ਵਾਂ ਲੇਕਿਨ ਮੈਨੂੰ ਤੇ ਪਾਕਿਸਤਾਨ ਤੇ ਇੰਡੀਆ ਦੇ ਕੋਈ ਫਰਕ ਨਹੀਂ ਲੱਗਦਾ ਇਹੋ ਬੋਲੀ ਸਾਰੀ ਇੱਕੋ ਹੀ ਤੀ ਕੋਈ ਸ਼ਕਲਾ ਮਕਲਾ ਇੱਕੋ ਹੀ ਸਾਰੇ ਜੀ ਇੱਕ ਮਿਕ ਬੋਲੀ ਵੀ ਇੱਕ ਹੀ ਹਰ ਸ਼ੈ ਹੀ ਸਾਡੇ ਨਾਲ ਵੀ ਜਦੋਂ ਕੋ ਹੁੰਦੇ ਨੇ ਅਹੀ ਬੰਦੇ ਨੂੰ ਮਰਿਆ ਨੂੰ ਆਖਣਾ ਯਾਰ ਫੌਤ ਹੋ ਗਿਆ ਉਹ ਆਂਦੇ ਨੇ ਪੂਰਾ ਹੋ ਗਿਆ ਅਹੀ ਭਵਾ ਨੇ ਫੁੱਫੀ ਭਵਾ ਹੀ ਵੀ ਨੇ ਉਹ ਵੀ ਫੁੱਫੀ ਭਵਾ ਆਂਦੇ ਨੇ ਉਹ ਸਾਰੇ ਬੋਲੀਆਂ ਛੋਲੀਆਂ ਸਭ ਸਾਡੀਆਂ ਹੀ ਨੇ ਕੋਈ ਗੱਲ ਨਹੀਂ ਐਸੀ ਵੈਸੀ ਸ਼ਕਲਾਂ ਅਕਲਾਂ ਸਭ ਇੱਕੋ ਜਿਹੀ ਹੈ ਤੇ ਉਹਨਾਂ ਨਾਲ ਤੁਸੀਂ ਗੱਲ ਕਰਦੇ ਹੋ ਵੀਡੀਓ ਛਿਡੀਓ ਤੇ ਕਰਦੇ ਹੋ ਵੀਡੀਓ ਤੇ ਕਰਨੇ ਆ ਵੀਡੀਓ ਤੇ ਚਲਾ ਲੀਦਾ ਮੋਬਾਈਲ ਕਿੰਨੇ ਵਜੇ ਕਰਦੇ ਹੁੰਦੇ ਆ ਗੱਲ ਅਸੀਂ ਸ਼ਾਮ ਨੂੰ ਕਈ ਵਾਰੀ ਕਰਨੇ ਉਹਨਾਂ ਨੂੰ ਅਗਰ ਤੁਸੀਂ ਹੁਣ ਥੋੜੀ ਜੀ ਕਰੋ ਤੇ ਹੁਣ ਮੇਰੇ ਕੋਲ ਵੀਡੀਓ ਹੈ ਨਹੀਂ ਤੇ ਨੰਬਰ ਹੀ ਆਨੇ ਉਹਨਾਂ ਦਾ ਅੱਛਾ ਅੱਛਾ ਚਲੋ ਠੀਕ ਨੰਬਰ ਮੁੰਡਿਆਂ ਦੇ ਕੋਲ ਹੈ ਅੱਛਾ ਉਹਨਾਂ ਹੀ ਮੋਬਾਈਲ ਰੱਖੇ ਨੇ ਉਹ ਹੀ ਚਲਾਉਂਦੇ ਨੇ ਉਹਨਾਂ ਨੂੰ ਕੱਢ ਲੈਂਦੇ ਨੇ ਅਕੇ ਲੈ ਹੁੰਦੇ ਨੇ ਉਹ ਚਲਾ ਲੈਨੇ ਨੇ ਕਦੀ ਅੰਬਰਸਰ ਵਾਲਿਆਂ ਨਾਲ ਲੱਗ ਪੈਂਨੇ ਆ ਕਦੀ ਜਿਹੜੇ ਅਮਰੀਕਾ ਨੇ ਬਾਹਰ ਉਹਨਾਂ ਨਾਲ ਲੱਗ ਪੈਂਨੇ ਆ ਕਦੀ ਇੱਥੇ ਤਾਇਆ ਨਾਲ ਲੱਗ ਪੈਂਨੇ ਕੋਈ ਹੈ ਨਾ ਬਾਹਰ ਵਾਲੇ ਦੇ ਨਾਂਸ਼ਾ ਯਾਦ ਨੇ ਇਹ ਕਮਾ ਨੇ ਮੁੰਡਾ ਬਾਹਰ ਉਹ ਕਿੱਥੇ ਹੁੰਦਾ ਮੇਰਾ ਖ ਜਰਮਨ ਹੈ ਇੱਕ ਅਮਰੀਕਾ ਹੈ ਇੱਕ ਕੈਨੇਡਾ ਹੈ ਉਹ ਤਿੰਨ ਫੈਮਿਲੀਆ ਚਾਰ ਨੇ ਬਾਹਰ ਨੇ ਤ ਉਹਨਾਂ ਨੂੰ ਸਦੋ ਦਾਵਤ ਦਿਓ ਨਾ ਉਹ ਬਾਹਰ ਨੇ ਉਹਨਾਂ ਦੀ ਇੱਥੇ ਪਿੱਛੇ ਜਿਹੜੇ ਨੇ ਉਹਨਾਂ ਨੂੰ ਦਾਵਤ ਦੇਣੀ ਹੈ ਇੱਥੇ ਆਉਣਾ ਕਰਤਾਰਪੁਰ ਕਰਤਾਰਪੁਰ ਮਿਲ ਕੇ ਫਿਰ ਵੀਜ਼ੇ ਬਣਵਾ ਕੇ ਫਿਰ ਜਾਣਾ ਹੋਣਾ ਉਧਰ ਉਧਰ ਆ ਪਹਿਲਾਂ ਹਾਂ ਤੇ ਟੁਰ ਜਾਣਾ ਸੀ ਆ ਵਿੱਚ ਕੋਰੋਨੇ ਦੀ ਵਜ੍ਹਾ ਨਾਲ ਬੰਦ ਰਿਆ ਬੜਾ ਜਿਹਾ ਆ ਕੋਰੋਨਾ ਕਰਾਣਾ ਹੁਣ ਖੁੱਲਿਆ ਹੁਣ ਅੱਲਾ ਖੈਰ ਕਰੇ ਆ ਵੀਜ਼ਾ ਪਾਸਪੋਰਟ ਬਣਵਾ ਕੇ ਨਾ ਜਾਵਾਂਗੇ ਕੋਈ ਦੋਤਰਾ ਜੀ ਤੇ ਜਾਵਾਂਗੇ ਰੋਵਾਂ ਪਿਟਾਂਗੇ ਸਹੀ ਨਾ ਇਹ ਕਰ ਮਿਲ ਕੇ ਆ ਨਨੇ ਰੋ ਦਾੜਾ ਬੰਦ ਆ ਜੀ ਇਹ ਜਜ਼ਬਾਤੀ ਤੇ ਇਹਦੇ ਕੁਦਰਤ ਤੁਸੀਂ ਨਾ ਵੀ ਰੋਗੇ ਤੇ ਇਹ ਚੀਜ਼ ਆ ਜਾਂਦੀ ਆ ਜਾਣੀ ਇਹ ਸਾਡਾ ਖੂਨ ਚ ਔਰੀ ਆ ਸੀ ਤੇ ਜਦੋਂ ਵੇਖਿਆ ਉਸ ਦਿਨ ਬੜਾ ਅਚਰ ਹੈ ਸੋਚਦੇ ਰਿਆਂ ਕਿ ਯਾਰ ਸਾਡਾ ਐਡਾ ਵੱਡਾ ਟੰਬਰ ਉਧਰ ਹੈ ਉਦਾਂ ਰੋਏ ਪਿੱਟੇ ਸੋ ਬੜਾ ਸੋਚਦਾ ਲੰਮੇ ਪਿਆ ਮਨੀਆਂ ਤੇ ਬੁੜੀਆਂ ਸਾਡੀਆਂ ਤੇ ਚਲੋ ਉਪਰੀਆਂ ਹਨ ਨਾ ਉਹ ਤੇ ਆਂਦੇ ਕੀ ਹੁੰਦਾ ਤੈਨੂੰ ਮੈਂ ਸਾਡੇ ਜੀ ਨੇ ਸਾਡਾ ਖੂਨ ਹੈ ਉਹ ਆਂਦੀ ਨਹੀਂ ਐਵੇਂ ਰੋਂਦੇ ਚਲੋ ਉਹ ਉੱਥੇ ਉਹ ਬੈਠੇ ਤੂੰ ਹੀ ਰੋਈ ਛਾ ਉਹ ਬੜੇ ਜੀ ਨੇ ਜੀ ਸਾਡੇ ਅੱਲਾ ਦੀ ਰਹਿਮਤ ਤੇ ਤਗੜੇ ਨੇ ਮੈਂਬਰਸ਼ਿਪ ਕਰਨੇ ਉੱਥੇ ਆਟਾ ਤੇ ਇੱਥੇ ਤੁਸੀਂ ਜ਼ਿੰਮੇਦਾਰੀ ਕਰ ਦਿਨ ਤੁਹਾਡੇ ਦਾਦਾ ਪੜਦਾਦਾ ਜਿਹੜੇ ਪਹਿਲਾਂ ਹਾਂ ਜ਼ਿੰਮੇਦਾਰੀ ਕਰ ਕਿ ਤੁਹਾਡੀ ਜ਼ਮੀਨ ਹਲਵੀ ਹੈਗੀ ਕਿ ਤੁਹਾਡੀ ਵੀ ਖੋਖਾ ਲਈ ਨਹੀਂ ਸਾਡੇ ਹੈ ਸਾਡੇ ਕਿਉਂਕਿ ਤੁਸੀਂ ਤੇ ਇੱਥੇ ਹੀ ਰਹੇ ਹੋ ਨਾ ਹਾਂ ਸਾਡੀ ਹਿੱਸਾ ਉਹਨਾਂ ਨੂੰ ਟਰ ਗਿਆ ਹੈ ਉਹਨਾਂ ਦਾ ਹਿੱਸਾ ਉਹਨਾਂ ਨੂੰ ਟਰ ਗਿਆ ਸਾਡੀ ਸਾਡੇ ਕੋਲ ਰਹਿ ਗਈ ਹੂੰ ਉਹ ਕਰਨੇ ਜ਼ਿੰਮੇਦਾਰ ਨਾਜ਼ਰੀਨ ਐਸਨ ਸਾਡੇ ਨਾਲ ਸਾਡੇ ਭਾਈ ਦੋਸਤ ਮਨੀਰ ਅਹਿਮਦ ਸਾਹਿਬ ਉਹਨਾਂ ਨੇ ਬੜੀਆਂ ਅੱਛੀਆਂ ਯਾਦਾਂ ਸ਼ੇਅਰ ਕੀਤੀਆਂ ਨੇ ਜਿਹੜੇ ਜਿਹੜੀਆਂ ਵੀ ਉਹਨਾਂ ਦੀਆਂ ਫੈਮਿਲੀ ਇੰਡੀਆ 'ਚ ਜਾਂ ਪਾਕਿਸਤਾਨ 'ਚ ਇੱਕ ਦਿਨ ਕੋਸ਼ਿਸ਼ ਕਰਾਂਗੇ ਕਿਸੇ ਦਿਨ ਇਹਨਾਂ ਦੀ ਗੁਫਤਗੂ ਜਿਹੜੀ ਹੈ ਨਾ ਉਹ ਜਦੋਂ ਇਹਨਾਂ ਦੇ ਬੇਟੇ ਆ ਜਾਣਗੇ ਤੇ ਫਿਰ ਅਸੀਂ ਲਾਈਵ ਹੀ ਚਲਾਵਾਂਗੇ ਤੇ ਵਿੱਚ ਅਮਰੀਕਾ ਵਾਲੇ ਵੀ ਦੋਸਤ ਲਾਂਗੇ ਇਹਨਾਂ ਦੇ ਜਿਹੜੇ ਕਜ਼ਨ ਕੁਜ਼ਨ ਹੈਗੇ ਨੇ ਜਾਂ ਜਰਮਨੀ ਵਾਲੇ ਤੇ ਫਿਰ ਇੱਕ ਪ੍ਰੋਗਰਾਮ ਕਰਾਂਗੇ ਅੱਲਾਹ ਤਾਲਾ ਜ਼ਿੰਦਗੀ ਦੇ ਆਪਣਾ ਖਿਆਲ ਰੱਖੋ ਅੱਲਾਹ ਹਾਫਿਜ਼